ਉਹ ਗੁੱਟ ਫੜਿਆ ਉਹ ਤਾਰੀ ਮਾਰ ਦਿਓ ਉਹ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਆਓ ਸਿੱਪੀ ਕਹਿੰਦੇ ਕੋਟ ਵਾਲਾ ਬੱਲੇ ਬੱਲੇ ਕਰਵਾ ਗਿਆ ਲਾ ਕੇ ਤਕੜਾ ਜੱਫਾ ਸਾਡੇ ਸੁਖਦੇਵ ਵੀਰ ਜੀ ਤੂਰ ਸਰਦਾਰ ਬਲਵੀਰ ਸਿੰਘ ਜੀ ਕੈਨੇਡਾ ਤੂਰ ਉਹਨਾਂ ਵੱਲੋਂ 51,000 ਰੁਪਏ ਦਾ ਸਹਿਯੋਗ ਆਇਆ ਜੀ ਆਓ ਜੀ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਗਈਆਂ ਕਿਰਪਾ ਕਰਕੇ ਤਲਵੰਡੀ ਰਾਜ ਤੇ ਚੂੜ ਚੱਕ ਦਾ ਮੈਚ ਖੇਡਿਆ ਜਾਵੇਗਾ ਗੋਪੀ ਭਰਾ ਕਹਿੰਦੇ ਭਰਤ ਪਿੰਡ ਤੋਂ ਆਇਆ 5,000 ਸੁੱਖੇ ਸ਼ੇਰਪੁਰੀ ਨੇ ਹੈਲਪ ਲਈ ਪੁੱਜਦਾ ਕੀਤਾ 1,000 ਰੁਪਇਆ ਸਾਡਾ ਭਰਾ ਡਾਕਟਰ ਅਮਰਜੀਤ ਖੇਲਾ UK ਤੋਂ ਉਹਨਾਂ ਨੇ ਪੁੱਜਦਾ ਕੀਤਾ ਮੇਰੀ ਹੋਰ ਵੀ ਵੀਰਾਂ ਨੂੰ ਬੇਨਤੀ ਆ ਭਰਾ ਤੁਹਾਡੀ ਕਚਹਿਰੀ 'ਚ ਚੱਕਰ ਲਾਵੇਗਾ ਔਰ ਤੁਹਾਡੇ 1-1 ਰੁਪਈਏ ਇਹਨਾਂ ਦਾ ਇਲਾਜ ਹੋ ਸਕੇ ਔਰ ਮੇਰੀ ਬੇਨਤੀ ਸਾਰੇ ਭਰਾਵਾਂ ਨੂੰ ਜ਼ਰੂਰ ਭਾਵੇਂ 10, 20, 50 ਜਿੰਨੇ ਵੀ ਤੁਸੀਂ ਦੇ ਸਕਦੇ ਹੋ ਆਪਾਂ ਜ਼ਰੂਰ ਇਹ ਭਰਾ ਦੀ ਹੈਲਪ ਕਰੀਏ ਗੋਪੀ ਭਰਤ ਇੱਧਰ ਸੈਮੀ ਦੀਆਂ ਟਾਈਆਂ ਗਰਾਊਂਡ ਦੇ ਵਿੱਚ ਕੱਢੀਆਂ ਜਾ ਰਹੀਆਂ ਇਕਬਾਲ ਜਾਦੂ ਖੀਵੇ ਵਾਲਾ ਕਬੱਡੀ ਪਾਉਂਦਾ ਹੋਇਆ ਲਓ ਉੱਧਰ ਸੈਮੀ ਫਾਈਨਲ ਦੀਆਂ ਟਾਈਆਂ ਕੱਢੀਆਂ ਜਾ ਰਹੀਆਂ ਨੇ ਲਾਸਟ ਕੁਆਟਰ ਫਾਈਨਲ ਉਹ ਗੱਬਰ ਸਾਊਂਡ ਦਾ ਵੀ ਧੰਨਵਾਦ ਹੈ ਲੈ ਵੀ ਬੂਟੇ ਬਾਈ ਦੱਸੀ ਕਿਵੇਂ ਕਿਹਨੂੰ ਢਾ ਲਿਆ ਅੱਜ ਸਮੇਂ ਸਿਰੇ ਦੀ ਟੱਕਰ ਤੇ ਵਿਸਲ ਵੱਜੀ ਹੈ ਉਧਰ ਕਬੱਡੀ 1-2-3 ਮਾਲਵਾ TV ਤੇ ਲਾਈਵ ਸੋਰ 13-13 ਤੇ ਸੁੱਖੇ ਬਾਈ ਦੁਨੀਆ ਦੇਖਦੀ ਹੈ ਆਓ ਦੇਖਦੇ ਹਾਂ ਵੀ ਅਗਲੀ ਕਬੱਡੀ ਮੈਦਾਨ ਦੇ ਵਿੱਚ ਜੱਦੀ ਪਿੰਡ ਬੁਰਜ ਹਰੀ ਸਿੰਘ ਜਿੱਥੋਂ ਦੇ ਗੁਰਪ੍ਰੀਤ ਦੀਆਂ ਗੱਲਾਂ ਜਿੱਥੋਂ ਦੇ ਡਿੱਪੀ ਦੀਆਂ ਗੱਲਾਂ ਦੁਨੀਆ ਦੇ ਵਿੱਚ ਹੁੰਦੀਆਂ ਲਓ ਉਸੇ ਪਿੰਡ ਦਾ ਇਸ ਸਮੇਂ ਆਹ ਨੌਜਵਾਨ ਧਾਵੀ ਕਹਿੰਦੇ ਕਬੱਡੀ ਪਾ ਰਿਹਾ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਵੱਖਰਾ ਨਜ਼ਾਰਾ ਜਿਹਾ ਆਉਣ ਲੱਗਿਆ ਔਰ ਰਾਜੇ ਖੇਲੇ ਗਿੱਠ ਗਿੱਠ ਬਹਿ ਗਈ ਧਰਤੀ ਆਓ ਜ਼ੋਰ ਨਾਲ ਜ਼ੋਰ ਟਕਰਾਉਣ ਲੱਗਿਆ ਉਧਰਲੇ ਬੰਨੇ ਲੋਦਰ ਓਏ ਨਜ਼ਾਰਾ ਵੱਖਰਾ ਮੇਰੇ ਮਿੱਤਰੋ ਪਹਿਲਾ ਸੈਮੀ ਮੈਚ ਕਨਿਆਣੇ ਪਿੰਡ ਦਾ ਖੇਡਿਆ ਜਾਵੇਗਾ ਚੱਕ ਦੇ ਸਰਾਜ ਦੇ ਨਾਲ ਇਹ ਟੀਮ ਆ ਜਾਣ ਓਏ ਚੂੜ ਚੱਕੀ ਗਗੜ ਦੀ ਕਬੱਡੀ ਪੈ ਰਹੀ ਹੈ ਆਹ ਮੈਚ ਦੀ ਜੇਤੂ ਟੀਮ ਖੇਡੇਗੀ ਸ਼ੂਸ਼ਕ ਦੇ ਨਾਲ ਕਿਰਪਾ ਕਰਕੇ ਪਹਿਲੇ ਸੈਮੀ ਮੈਚ ਲਈ ਖੇਡ ਮੈਦਾਨ ਦੇ ਵਿੱਚ ਇੱਧਰ ਕਹਿੰਦੇ ਗੱਭਰੂ ਰਾਏਕੋਟੀ ਅੰਦਰ ਦੇ ਚਰਚੇ ਦੁਨੀਆ ਵਿੱਚ ਹੋਏ ਆ ਕੱਲ ਰਾਜਣ ਦੇ ਮੇਲੇ ਤੇ ਆਹ ਮੁੰਡੇ ਨੇ ਕਹਿੰਦੇ ਬਹਿ ਜਾ ਕਰਵਾ ਛੱਡੀ ਆ ਕਬੱਡੀ ਦੀ ਦੁਨੀਆ ਦੇ ਵਿੱਚ ਲੈ ਵੀ ਇਕਬਾਲ ਪੈਂਦੀ ਰੇਟ ਤੇ ਸੋਹਣਿਆ ਕਰਦੇ ਮੁੰਡੇ ਦੀ ਗੱਲ ਲਓ ਅੱਜ ਸਮੇਂ ਤਲਵੰਡੀ ਰਾਏ ਪਿੰਡ ਵਾਲਾ ਆਹ ਨੌਜਵਾਨ ਕਬੱਡੀ ਪਾ ਰਿਹਾ ਉਧਰ ਮਨ ਸ਼ਗਦੌਲਤ ਵਾਲਾ ਵੀ ਕਹਿੰਦਾ ਚੂੜ ਚੱਕ ਵਾਲਿਆਂ ਦੇ ਹਰ ਜੱਫਾ 200-200 ਦਾ ਹੋਣਾ ਉਹ ਗੁੱਟ ਫੜਿਆ ਉਹ ਤਾਰੀ ਮਾਰ ਦਿਓ ਉਹ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਆਓ ਸਿੱਪੀ ਕਹਿੰਦੇ ਕੋਟ ਵਾਲਾ ਬੱਲੇ ਬੱਲੇ ਕਰਵਾ ਗਿਆ ਲਾ ਕੇ ਤਕੜਾ ਜੱਫਾ ਇੱਧਰ ਵੀਰ ਆ ਸਾਡੇ ਉਹ ਕਹਿੰਦੇ ਮਨਦੀਪ ਆਸਟ੍ਰੇਲੀਆ ਵੱਲੋਂ ਕਿਹਦੇ ਜੱਫਿਆਂ ਦਾ ਮਾਣ ਇੱਧਰਲੇ ਬੰਨੇ ਕਹਿੰਦੇ ਰਾਜ ਤਲਵੰਡੀ ਰਾਏ ਵਾਲਿਆਂ ਦੇ ਜੱਫਿਆਂ ਦਾ ਵੱਡਾ ਮਾਣ ਸੁਣਾ ਬਾਈ ਸੁੱਖਾ ਕਹਿੰਦਾ ਵੀ ਮੁੰਡੇ ਨੂੰ 500 ਦੇ ਦਿਓ ਸੁੱਖਾ ਕੈਨੇਡਾ ਤੇ ਬਾਈ ਅਮਰਜੀ UK ਲੈ ਵੀ ਰਿਹਾ ਕਰ ਗੱਲ ਆਓ ਕਹਿੰਦੇ ਬਿੱਲਾ ਕੁਤਬੇ ਪਿੰਡ ਵਾਲਾ ਕੋਸ਼ਿਸ਼ ਕਰਦਾ ਡੱਕ ਲੈਣ ਦੀ ਪਰ ਨੰਬਰ ਧਾਵੀ ਦੇ ਸੇ ਜੁੜਦਾ ਹੋਇਆ ਖੀਵੇ ਵਾਲਾ ਇੱਕ ਜਾਨਦਾਰ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਬੁਰਜ ਹਰੀ ਦਾ ਕਹਿੰਦੇ ਡਿੰਪੀ ਦੁਨੀਆ ਵਿੱਚ ਮਸ਼ਹੂਰ ਚਰਚੇ ਵੱਡੇ ਮੱਲਾਂ ਦੇ ਆ ਅੱਜ ਸ਼ੇਰਪੁਰੇ ਵਿੱਚ ਮੇਲਾ ਚੱਲਦਾ ਦੁਨੀਆ ਦੇ ਵੱਡੇ ਸਟਾਰ ਪੁੱਜੇ ਹੋਏ ਆ ਸਾਰੇ ਵੀਰਾਂ ਦਾ ਧੰਨਵਾਦ ਹੈ ਚਾਰ ਮੱਲ ਤਿਆਰ ਹੈ ਚੌਹਾਂ ਦੇ ਵਿੱਚੋਂ ਕੌਣ ਚੂੜ ਚੱਕਿਆ ਪੱਪੂ ਵੀ ਕੈਨੇਡਾ ਤੋਂ ਇੰਡੀਆ ਪੁੱਜਿਆ ਹੋਇਆ ਮੇਰੇ ਮਿੱਤਰੋ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਆਓ ਬੱਲੇ ਬੱਲੇ ਹੁੰਦੀ ਹੋਈ ਖੇਡ ਮੈਦਾਨ ਵਿੱਚ ਹੱਟ ਪਾਸੇ ਨੰਬਰ ਦਿਲਪ੍ਰੀਤ ਬੂਟੇ ਬਾਈ ਦਿਲਪ੍ਰੀਤ ਸਿੰਘ ਨਾਮ ਹੈ
ਉਹ ਇਸ ਨੌਜਵਾਨ ਦੇ ਹਿੱਸੇ ਹੈ। ਉਹ ਅਗਲੀ ਕਬੱਡੀ ਚੂੜ ਚੱਕੀਆ ਗਗਨ ਆ ਗਿਆ। ਕਿੱਥੇ ਰਹਿੰਦਾ? ਬੀਸੀ ਦਾ ਪ੍ਰਿੰਸ ਜਾਰਜ ਸ਼ਹਿਰ ਆ, ਜਿੱਥੇ ਟੈਂਪਰੇਚਰ ਕਹਿੰਦਾ -35, ਪਰ ਅੱਜ ਸ਼ੇਰਪੁਰੇ ਦਾ ਮੇਲਾ ਵੱਡੇ ਬਾਈ, ਧੂੜਾ ਉੜਦੀ ਆ ਟੱਕਰ ਸ਼ੇਰਾਂ ਦੀ। ਪੁਆਇੰਟ ਆਓ, ਕਹਿੰਦੇ ਟੱਕਰ ਸ਼ੇਰਾਂ ਦੀ ਚੱਲਦੀ ਹੈ, ਟੱਕਰ ਬੱਬਰ ਸ਼ੇਰਾਂ ਦੀ ਚੱਲਦੀ ਹੈ, ਖੇਡ ਕਬੱਡੀ ਵੱਡੀ ਹੈ। ਇਧਰ ਸਾਈਕਲ ਚੂੜ ਚੱਕਿਆ ਸੁਰਿੰਦਰ ਕੰਗ, ਜਿਹਨੂੰ ਪਰਚੀ ਨਿਕਲੀ ਹੈ, ਪਿੰਡ ਵਾਲਿਆਂ ਨੇ ਮਾਰ ਰੱਖਿਆ ਮੇਰੇ ਮਿੱਤਰੋ, ਵੀ ਮੁੰਡੇ ਦਾ ਆਪਾਂ ਸਾਈਕਲ ਨਾਲ ਸਨਮਾਨ ਕਰਨਾ। ਉਧਰ ਚਾਰ ਨੇ, ਚਾਰੇ ਦੇ ਚਾਰੇ ਤਿਆਰ ਹੈ, ਚੂੜ ਚੱਕ ਦੀ ਟੀਮ ਝੋਟੀ ਦੀ ਹੈ, ਗੱਲ ਟਿਕਾਣੇ ਲੱਗੀ ਹੋਈ ਹੈ, ਨੰਬਰ ਧਾਵੀ ਦੇ ਸੇ ਜੁੜਦਾ ਹੋਇਆ। ਲੈ ਵੀ ਖੀਵੇ ਵਾਲਿਆ, ਮਾਨਸੇ ਦੇ ਇਲਾਕੇ ਵਿੱਚੋਂ ਉੱਠ, ਗੱਲਾਂ ਦੁਨੀਆਂ ਦੇ ਵਿੱਚ ਹੋਈਆਂ। ਇਕਬਾਲ ਕਰੀ ਮੁੰਡੇ ਦੀ ਗੱਲ, ਅਗਲੀ ਕਬੱਡੀ ਇਸ ਸਮੇਂ ਫਿਰ ਮੈਦਾਨ ਦੇ ਵਿੱਚ ਹੈ, ਪੈਂਦੀ ਹੈ ਕਬੱਡੀਆਂ ਨੇ ਚੜ ਚੜ ਕੇ। ਲਓ ਜਾਦੂ ਖੀਵੇ ਪਿੰਡ ਦਾ ਕਹਿੰਦੇ ਅਗਲੀ ਕਬੱਡੀ ਪਾ ਰਿਹਾ, ਉਹ ਯਾਦਵਿੰਦਰ ਸਿੰਘ ਨਾਮ ਹੋਵੇਗਾ, ਉਹ ਪਿਆਰ ਦੇ ਨਾਲ ਜਾਦੂ ਕਹਿੰਦੇ ਆ। ਪਰ ਉਹ ਦੇਖਿਓ ਵੀ ਪੁਆਇੰਟ ਜਿਹੜਾ ਇਸ ਸਮੇਂ ਇਸ ਨੌਜਵਾਨ ਜਾਫੀ ਦੇ ਹਿੱਸੇ ਹੈ। ਚੌਥਾ ਕੁਆਟਰ ਹੈ, 2 ਸੈਮੀ ਬੂਟੇ ਬਾਈ। ਸਾਡਾ ਵੀਰ ਕਹਿੰਦੇ ਜੋਰਾ ਸੋਈ ਕਹਿੰਦਾ ਜਿੰਨੇ ਜਫੇ ਚੂੜ ਚੱਕੀਏ ਲਾਉਣਗੇ ਹਰ ਜਫੇ ਦਾ ਹਜ਼ਾਰ ਹਜ਼ਾਰ ਦਿੱਤਾ ਜਾਵੇਗਾ। ਉਧਰ ਚੂੜ ਚੱਕੀਆ ਕੰਗ ਸਾਈਕਲ ਦਾ ਚੱਕਰ ਲਾ ਰਿਹਾ, ਵੱਡਾ ਮਾਨ ਹੈ ਦਿਲਪ੍ਰੀਤ ਬੁਰਜ ਹਰੀ ਵਾਲੇ ਦੀ ਪਾਈ ਹੋਈ ਰੇਡ ਦੇ ਉੱਪਰ। ਚੂੜ ਚੱਕਦਾ ਕਿਹੜਾ ਜਾਫੀ, ਇਹ ਡੌਲੇ ਮੋਟੇ ਚੂੜ ਚੱਕੀਏ ਪੱਪੂ ਦੇ, ਪੱਟ ਮੋਟੇ ਨੇ ਘਨੌਰੀਏ ਗੁਰਲਾਲ ਦੇ, ਲੋਕੋ ਫੱਕਰ ਝੰਡੇ ਵਾਲੇ ਤੋਚੀ ਦੀ ਪ੍ਰੈਸ ਵਧੀਆ, ਹੱਥ ਪੱਕੇ ਨੇ। ਆਓ ਕਹਿੰਦੇ ਜਿਵੇਂ ਗੱਲ ਚੱਲਦੀ ਹੈ ਬਿੱਟੂ ਦੰਗਾਲ ਦੇ ਯਾਰੋ, ਆਓ ਤਗੜਾ ਮੈਚ ਖੇਡਿਆ ਜਾ ਰਿਹਾ ਅੱਜ ਦੇ ਦਿਨ ਦਾ ਪਹਿਲਾ ਸੈਮੀ ਮੈਚ। ਬਾਈ ਮਨਜਿੰਦਰ ਪੁਲਸੀਆ ਤੇ ਨਾਲ ਸਾਡਾ ਵੀਰ ਜਿੰਦਰੀ ਕਮਾਲਪੁਰੇ ਵਾਲਾ, ਉਹਨੇ ਕਹਿੰਦੇ ਤਲਵੰਡੀ ਰਾਜ ਦੀ ਟੀਮ ਸਪੌਂਸਰ ਕੀਤੀ ਹੈ। ਉਧਰ ਕਮਾਲਪੁਰੇ ਦਾ ਮੇਲਾ ਕਹਿੰਦੇ 31 ਤਰੀਕ ਨੂੰ ਹੋਣਾ ਹੈ। ਇਧਰ ਇੰਦਰ ਤਲਵੰਡੀ ਰਾਜ ਦੀ ਧਰਤੀ ਦਾ ਤੇ ਚੂੜ ਚੱਕੀ ਆ ਗਗਨ, ਖੇਡ ਕਬੱਡੀ ਵੱਡੀ ਆ ਮੇਰੇ ਮਿੱਤਰੋ। ਅਗਲੀ ਰੇਡ ਕਬੱਡੀ ਦੇ ਮੈਦਾਨ ਅੰਦਰ ਇਧਰ ਕਰਨੀ ਹੈ ਨੌਜਵਾਨ ਸਾਹਮਣੇ ਗੱਲਾਂ ਵੱਡੀਆਂ। ਇਕਬਾਲ ਕਰੀ ਗੱਲ, ਲਓ ਕਰਨੀ ਦੀ ਕਬੱਡੀ, ਤਲਵੰਡੀ ਰਾਏ ਪਿੰਡ ਆ, ਉਹ ਚੂੜ ਚੱਕ ਗਦਰੀ ਬਾਬਿਆਂ ਦਾ ਪਿੰਡ ਆ, ਉਹ ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹੇ ਮੋਗੇ ਦੇ ਖਿਡਾਰੀਆਂ ਦੀ ਟੱਕਰ ਹੈ। ਉਹ ਦੇਖਿਓ ਅੱਜ ਸਮੇਂ ਤਲਵੰਡੀ ਰਾਏ ਵਾਲਾ ਆਪਣੀ ਖੇਡ ਕਲੱਬ ਦੇ ਹਿੱਸੇ, ਉਹ ਖੀਵੇ ਵਾਲੇ ਨੇ ਫੇਰ ਕਬੱਡੀ ਪਾਤੀ, ਉਹ ਬੜਾ ਤੇਜ ਟੱਚ ਲੱਗਿਆ। ਉਹ ਦੇਖਿਓ ਵੱਜਦੇ ਧੱਕੇ, ਵੱਜਦੀ ਆ ਵਿਸਲਾ, ਉਹ ਵੇਖ ਵਿਸਲ ਵੱਜਦੀ ਬੂਟੇ ਬਾਈ, ਜੰਡੀ ਵਾਲਾ ਫੈਸਲੇ ਕਰਦਾ, ਉਹ ਜੰਡੀ ਵਾਲਾ ਫੈਸਲੇ ਕਰਦਾ। ਇਧਰ ਕੋਟਕੋੜੀਆ ਸੋਨੀ ਫੈਸਲੇ ਕਰਦਾ, ਉਧਰ ਕਹਿੰਦੇ ਤਲਵੰਡੀ ਰਾਏ ਵਾਲੇ ਕਿਰਨੀ ਦੀ ਰੇਡ ਹੈ, ਵੱਡਾ ਮੇਲਾ ਕਹਿੰਦੇ 31 ਨੂੰ ਕਮਾਲਪੁਰੇ ਵਿੱਚ ਹੋਣਾ, ਤੇ ਕਹਿੰਦੇ ਵੱਡਾ ਮੇਲਾ ਸਿਵੀਆਂ ਦੇ ਵਿੱਚ 12 ਫਰਵਰੀ ਨੂੰ ਹੋਵੇਗਾ। ਇਧਰ ਕਹਿੰਦੇ ਜੋਰਾ ਸੋਹੀ ਕਹਿੰਦਾ ਜਿੰਨੇ ਜਫੇ ਚੂੜ ਚੱਕੀਏ ਲਾਉਣਗੇ ਹਰ ਜਫੇ ਦਾ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ। ਇਧਰ ਕਿਰਨੀ ਦੀ ਰੇਡ ਪੈ ਰਹੀ ਹੈ, ਚਾਰ ਮੁੰਡੇ ਤਿਆਰ ਨੇ ਚੂੜ ਚੱਕ ਦੀ ਧਰਤੀ ਦੇ। ਆਓ ਟੱਕਰ ਮੇਰੇ ਮਿੱਤਰੋ, ਆਓ ਕੋਟ ਵਾਲਾ ਸਿੱਪੀ, ਆਓ ਸਾਹਮਣੇ ਕਮਾਲ ਕਰਦਾ ਪਾ ਮੱਲਾ ਅਗਲੀ ਰੇਡ। ਪਹਿਲੇ ਸੈਮੀ ਮੈਚ ਲਈ ਮੈਂ ਬੇਨਤੀ ਕਰਾਂਗਾ ਜਲਦੀ ਦੇ ਨਾਲ, ਜਿਹੜੀ ਟੀਮ ਹੈ ਮੇਰੇ ਮਿੱਤਰੋ ਚੱਕ ਦੇਸ਼ਰਾਜ ਤੇ ਕੜਿਆਣਾ, ਇਹ ਟੀਮਾਂ ਗਰਾਊਂਡ ਦੇ ਵੱਲ ਆ ਜਾਣ, ਚੱਕ ਦੇਸ਼ਰਾਜ ਤੇ ਕੜਿਆਣਾ ਜਿਹੜੀ ਇਹਦੇ ਵਿੱਚੋਂ ਜਿੱਤੂਗੀ ਉਹਦਾ ਮੈਚ ਸ਼ੂਸ਼ਕਣਾ ਖੇਡਿਆ ਜਾਵੇਗਾ। ਗਗਨ ਦੀ ਰੇਡ ਤੇ ਵੱਡੇ ਬਾਈ ਦੇ ਬੋਲ, ਲਓ ਗਗਨ ਦੀ ਕਬੱਡੀ, ਆਓ ਦੇਖਿਓ ਜੰਡੀ ਵਾਲ। 28 ਤਰੀਕ ਜਿਹੜੀ ਕਹਿੰਦੇ ਉਹ ਅਠੌਲੇ ਦੇ ਕਬੱਡੀ ਕੱਪ ਦੀ ਹੈ, 4 ਟਰੈਕਟਰ ਦਿੱਤੇ ਜਾਣਗੇ,
ਤੇ 29 ਤਰੀਕ ਤਲਵਣ ਦਾ ਕਬੱਡੀ ਕੱਪ ਹੈ, ਉਹ 31 ਨੂੰ ਕਮਾਲਪੁਰੇ ਰੌਣਕਾਂ ਲੱਗਣੀ ਹੈ, ਤੇ 3 ਫਰਵਰੀ ਜਿਹੜੀ ਬੂਟੇ ਬਾਈ ਉਹ ਲੱਖਣ ਕੇ ਪੱਡਿਆਂ ਦੇ ਖੇਡ ਮੇਲੇ ਦੀ ਹੈ। 20 ਤੇ 21 ਤਰੀਕ ਕਹਿੰਦੇ ਦੇ ਦਿਨ ਦੇ ਵਿੱਚ ਨਵੀਆਂ ਥਾਰ ਗੱਡੀਆਂ ਦਿੱਤੀਆਂ ਜਾਣਗੀਆਂ। ਸੁਖਿਆ ਗੱਲਾਂ ਥਾਰਾਂ ਤੱਕ ਪੁੱਜ ਗਈਆਂ ਸਾਈਕਲਾਂ ਤੋਂ, ਉਹ ਜੁੜ ਜੀਏ ਕਬੱਡੀ ਦੇ ਨਾਲ, ਉਹ ਕਬੱਡੀ ਕੱਪ ਹੋਣਗੇ, ਅੱਜ ਚੱਲ ਰਿਹਾ ਉਹ ਦੇਖਿਓ ਟੱਕਰ ਸ਼ੇਰਾਂ ਦੀ ਦੇ ਫੈਸਲੇ ਪੁਆਇੰਟ ਚੂੜ ਚੱਕ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਚੂੜ ਚੱਕ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਯਾਰਾਂ ਨਾਲ ਯਾਰੀਆਂ ਪਗਾਉਣ ਆਏ ਆ, ਗੱਲਾਂ ਬਾਤਾਂ ਦਿਲ ਦੀਆਂ ਸੁਣਾਉਣ ਆਏ ਆ, ਗੱਲਾਂ ਬਾਤਾਂ ਦਿਲ ਦੀਆਂ ਸੁਣਾਉਣ ਆਏ ਆ। ਸੁੱਖੇ ਬਾਈ ਯਾਰੀ ਪਗਾਉਣ ਆਏ ਆ, ਯਾਰੀ ਪਗਾਉਣ ਆਏ ਆ ਭਰਾ ਸਾਡੇ, ਯਾਰੀਆਂ 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 ਦਿਲਦਾਰੀਆਂ, ਓਏ ਖੀਵੇ ਵਾਲੇ ਦੇ ਮਗਰ, ਉਹ ਮੈਨੂੰ ਲੱਗਦਾ ਕੁਦਵੇ ਵਾਲਾ ਬਿੱਲਾ ਲੱਗ ਗਿਆ, ਜਿਵੇਂ ਜੱਟ ਨੇ ਵਾਲੇ ਝੋਟੇ ਮਗਰ ਲੱਗਦਾ ਹੁੰਦਾ, ਓਏ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ, ਓਏ ਨੰਬਰ ਕਹਿੰਦੇ ਖੀਵੇ ਵਾਲੇ ਦਾ, ਮਾਨਸੇ ਵਾਲੇ ਦਾ, ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ, ਮਾੜੀ ਜੱਟ ਦੀ ਹਿੰਡ ਕੁੜੇ, ਮੁੰਡੇ ਫੈਨ ਆ ਤੇਰਿਆਂ ਸ਼ਹਿਰਾਂ ਦੇ, ਆ ਮੁੰਡੇ ਫੈਨ ਆ ਤੇਰਿਆਂ ਸ਼ਹਿਰਾਂ ਦੇ, ਚੂੜ ਚੱਕ ਦੇ ਵਿਹੜੇ ਕਹਿੰਦੇ ਤਲਵੰਡੀ ਰਾਏ ਵਾਲੇ ਕਰਨੀ ਦੀ ਪਾਈ ਹੋਈ ਰੇੜਾ, ਉਧਰ ਕੌਣ ਡੱਕੂਗਾ, ਪਹਿਲਾ ਮੈਚ ਚੱਕ ਦੇਸ਼ ਰਾਜ ਤੇ ਕੜਿਆਣੇ ਬਣਦਾ, ਇਹ ਸਿੱਪੀ ਆ ਕੋਟ ਵਾਲਾ, ਇਹ ਸਿੱਪੀ ਹੈ ਕੋਟ ਪਿੰਡ ਵਾਲਾ, ਨੰਬਰ ਤਾਂ ਲੈ ਗਿਆ ਪਰ ਮੁੰਡੇ ਨੇ ਕਲੱਚ ਪਲੇਟਾਂ ਨਾਲ ਕਹਿੰਦੇ ਧੂਆਂ ਮਰਾਦਾ ਫੜ ਕੇ, ਆ ਬੱਲੇ ਬੱਲੇ ਕਰਵਾਤੀ ਆ ਰੇਡ, ਕਹਿੰਦੇ ਗਗਨ ਦੀ ਤੇ ਬੋਲ ਕੈਨੇਡਾ ਵਾਲੇ ਯਾਰ ਦੇ, ਅਗਲੀ ਕਬੱਡੀ ਗਗਨ ਦੀ ਹੈ, ਇੱਧਰ ਵੀ ਕੈਨੇਡਾ ਵਾਲਾ ਹੀ ਹੈ, ਇਹ ਵੀ ਕਹਿੰਦੇ ਚੂੜ ਚੱਕੀ ਆ ਗਗਨ ਕਬੱਡੀ ਪਾ ਰਿਹਾ, ਉਹ ਲਾਸਟ ਪਲਾਂ ਤੇ ਮੈਚ ਆ ਤਲਵੰਡੀ ਵਾਲਿਓ, ਮੋਗੇ ਤੇ ਲੁਧਿਆਣੇ ਦੀ ਟੱਕਰ ਆਖੀਏ, ਪਰੋ ਦੇਖੀਏ ਸਵਰਨੇ ਵੈਲੀ ਦੀ ਗੱਲ ਹੋਈ ਹੈ, ਚੂੜ ਚੱਕੀ ਇਹਨੇ ਵੀ ਕੰਮ ਬੈਕ ਕੀਤਾ, ਮੀਤੇ ਸਾਹਿਬ ਦੀਆਂ ਗੱਲਾਂ ਹੋਈਆਂ, ਦੁਨੀਆਂ ਦੇ ਸਟਾਰ ਪੈਦਾ ਕੀਤੇ ਆ। ਉਹ ਦੇਖਿਓ ਬਾਈ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਆ ਗਈ ਹੈ, ਸ਼ੇਰਪੁਰ ਕਲਾਂ ਦਾ 69ਵਾਂ ਕਬੱਡੀ ਕੱਪ ਹੈ, ਸੇਵਕ ਬਾਈ ਪੁੱਜਿਆ ਹੋਇਆ ਦੁਨੀਆਂ ਦੇ ਸਟਾਰਾਂ ਦੇ ਵਿੱਚ ਜਿਹੜੇ ਨਾਮ ਰਹੇ ਹੈ, ਗੁਰਪ੍ਰੀਤ ਗੁੱਕ ਦੀ ਗੱਲ ਕਰੀਏ, ਅਵਕਾਰ ਦੀ ਗੱਲ ਕਰੀਏ, ਉਹ ਦੁਨੀਆਂ ਦੀ ਸਟਾਰਾਂ ਦੀ ਟੱਕਰ, ਪਹਿਲੇ ਸੈਮੀ ਫਾਈਨਲ ਦੀਆਂ ਟੀਮਾਂ ਆ ਜਾਣਗੀਆਂ, ਉਹ ਕੁਆਟਰ ਚੱਲਦਾ ਤੇ ਬੂਟੇ ਬਾਈ ਕਰੀ ਗੱਲ ਕੌਣ ਕਬੱਡੀ ਆ, ਪਹਿਲੇ ਸੈਮੀ ਮੈਚ ਦੀਆਂ ਟੀਮਾਂ ਦੇ ਖਿਡਾਰੀ ਜਿਹੜੇ ਮੈਦਾਨ ਦੇ ਵਿੱਚ ਆ ਜਾਣ, ਮੈਚ ਸਮਾਪਤ ਹੈ, ਚੱਲਦੇ ਮੈਚ ਚੋਂ ਬਾਬਾ ਜੀ ਦੱਸਿਓ ਜਰਾ ਕਿਹੜੀ ਟੀਮ ਕਿੰਨੇ ਨੰਬਰ ਲੈ ਕੇ ਜੇਤੂ ਰਹੀ ਹੈ।